ਗੁੱਡ ਮਾਰਨਿੰਗ ਗ੍ਰੇਡ 7 ਆਈ ਹੋਪ ਯੂ ਆਲ ਆਰ ਵੈਲ ਐਂਡ ਫਿਟ ਐਂਡ ਫਾਈਨ ਐਟ ਯਰ ਹੋਮ ਕਲਾਸ ਅੱਜ ਦੇ ਲੈਕਚਰ ਵਿੱਚ ਕਰਾਂਗੇ ਪੜਨਾਮ ਦੀ ਪਰਿਭਾਸ਼ਾ ਨਾ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਉਹ ਉਸ ਦਾ ਪਰਾ ਹੈ ਉਹ ਉਹ ਉਸ ਦਾ ਪਰਾ ਹੈ ਇਹਦੇ ਚ ਆਪਾਂ ਕਿਸੇ ਵੀ ਨਾਮ ਨੂੰ ਨਾ ਲਿਆ ਮੈਂ ਆਪਣੇ ਮਿੱਤਰ ਕੋਲ ਗਿਆ ਸੀ ਇਹਨਾਂ ਵਿੱਚੋਂ ਕੋਈ ਵੀ ਕਿਤਾਬ ਮੇਰੀ ਨਹੀਂ ਹੈ ਅੰਦਰ ਕੌਣ ਕੌਣ ਬੈਠੇ ਹਨ ਕੀ ਤੁਸੀਂ ਮੇਰੇ ਪਿਤਾ ਜੀ ਨੂੰ ਜਾਣਦੇ ਹੋ ਬੱਚੇ ਨਾਮ ਦੀ ਥਾਂ ਤੇ ਅਸੀਂ ਜਿਵੇਂ ਉਹ ਉਸ ਮੈਂ ਆਪਣੇ ਮੇਰਾ ਕੋਈ ਤੁਸੀਂ ਮੇਰੇ ਇਹ ਪੜਨਾਮ ਸ਼ਬਦ ਨੇ ਇਹਨਾਂ ਦੀ ਅਸੀਂ ਵਰਤੋਂ ਕਰਦੇ ਹਾਂ ਠੀਕ ਹੈ ਬੱਚੇ ਬਸ ਇਸ ਚੀਜ਼ ਨੂੰ ਯਾਦ ਰੱਖਣਾ ਨਾਮ ਦੀ ਨਾ ਪੜਨਾਮ ਦੀ ਜਿਹੜੀ ਪਰਿਭਾਸ਼ਾ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਪੜਨਾਮ ਕਿਹਾ ਜਾਂਦਾ ਹੈ ਪੜਨਾਮ ਦੀਆਂ ਬੱਚੇ 6 ਕਿਸਮਾਂ ਹੁੰਦੀਆਂ ਪੁਰਖਵਾਚਕ ਪੜਨਾਮ ਨਿਜਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਨਿਸ਼ਚੇਵਾਚਕ ਤੇ ਅਨਿਸ਼ਚੇਵਾਚਕ ਹਰੇਕ ਪੜਨਾਮ ਦੀ ਵਿੱਚ ਆਪਣੀ ਆਪਣੀ ਮਹੱਤਤਾ ਹੁੰਦੀ ਹੈ ਸਭ ਤੋਂ ਵੱਲੋ ਬੱਚੇ ਪੁਰਖਵਾਚਕ ਪੁਰਖਵਾਚਕ ਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਬੱਚੇ ਜਿਵੇਂ ਤੁਸੀਂ ਤਿੰਨ ਜਾਣੇ ਗੱਲ ਕਰ ਰਹੇ ਦੋ ਜਾਣੇ ਗੱਲ ਕਰ ਰਹੇ ਹੋ ਪਹਿਲਾ ਪੁਰਖ ਜੋ ਗੱਲ ਕਰ ਰਿਹਾ ਹੈ ਦੂਸਰਾ ਪੁਰਖ ਜੋ ਗੱਲ ਸੁਣ ਰਿਹਾ ਹੈ ਤੇ ਤੀਜਾ ਪੁਰਖ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਪਹਿਲਾ ਪੁਰਖ ਦੂਜਾ ਪੁਰਖ ਤੇ ਤੀਜਾ ਪੁਰਖ ਮੈਂ ਤੁਸੀਂ ਤੇ ਉਹ ਠੀਕ ਹੈ ਜਿਹੜੇ ਪਰਨਾਮ ਕਿਸੇ ਪੁਰਖ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਪੁਰਖਵਾਚਕ ਪਰਨਾਮ ਕਹਿੰਦੇ ਹਨ ਸਮਝ ਲੱਗੇਗੀ ਨਾ ਹੁਣ ਬੱਚੇ ਇਹਨਾਂ ਦੀ ਐਗਜ਼ਾਮਪਲ ਵੀ ਦਰਜ ਨੇ ਜਿੱਦਾਂ ਪਹਿਲਾ ਪੁਰਖ ਜਿਹੜਾ ਹੈ ਉੱਤਮ ਪੁਰਖ ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਕਹਿੰਦੇ ਹਨ ਜਿਵੇਂ ਮੈਂ ਅਸੀਂ ਤੁਸੀਂ ਮੱਧਮ ਪੁਰਖ ਜਿਹਦੇ ਬਾਰੇ ਜਿਹੜਾ ਬੱਚੇ ਜਿਸ ਨਾਲ ਗੱਲ ਜਿਸ ਨਾਲ ਗੱਲ ਕੀਤੀ ਜਾਵੇ ਮਾਧਿਅਮ ਆ ਉਹਦੇ ਨਾਲ ਗੱਲ ਕਰਦੇ ਪਏ ਆਨੇ ਪੁਰਖ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਉਸ ਨੈਕਸਟ ਹੈ ਬੱਚੇ ਨਿਜੀਵਾਚਕ ਪੜਨਾ ਨਿਜੀ ਬੱਚੇ ਨਿਜੀ ਤੁਹਾਡੇ ਆਪਣੇ ਬਾਰੇ ਗੱਲ ਕੀਤੀ ਜਾਵੇ ਠੀਕ ਹੈ ਨਾ ਮੈਂ ਇਹ ਕੰਮ ਆਪ ਕਰ ਲੂੰਗਾ ਮੇਰਾ ਨਾਮ ਜਸਵਿੰਦਰ ਹੈ ਜੋ ਵੀ ਵਜੇ ਤੁਸੀਂ ਐਗਜ਼ਾਮਪਲ ਦੇਣੀ ਆ ਆਪਣੇ ਬਾਰੇ ਬਜੇ ਦੇਣੀ ਹੈ ਕਰਤਾ ਦੇ ਨਾਮ ਦੀ ਥਾਂ ਤੇ ਜੋ ਵਰਤਿਆ ਜਾਂਦਾ ਹੈ ਮੈਂ ਠੀਕ ਹੈ ਸੰਬੰਧ ਸੰਬੰਧਵਾਚਕ ਪਰਨਾਮ ਜਿਹੜੇ ਪਰਨਾਮ ਯੋਜਕ ਵਾਗ ਇੱਕ ਦੂਜੇ ਨਾਲ ਦੋ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਨਾ ਠੀਕ ਹੈ ਸ਼ਬਦ ਜੋੜਨਾ ਜੇ ਤੁਸੀਂ ਮਿਹਨਤ ਕਰੋਗੇ ਤਾਂ ਤਾਂ ਤੁਸੀਂ ਪਾਸ ਹੋ ਜਾਓਗੇ ਠੀਕ ਹੈ ਨਾ ਜੇ ਅੱਜ ਸਕੂਲ ਲੱਗਿਆ ਤਾਂ ਬੱਚੇ ਸਕੂਲ ਵਿੱਚ ਆਉਣਗੇ ਦੋ ਸ਼ਬਦਾਂ ਨੂੰ ਵਾਕਾਂ ਨੂੰ ਜੋੜ ਲਿਆ ਨਾ ਆਪਸ ਵਿੱਚ ਨੈਕਸਟ ਐਪਰੇਸ਼ਨ ਵਾਚਕ ਪ੍ਰੇਸ਼ਨ ਵਾਚਕ ਪ੍ਰਨਾਮ ਦੇ ਵਿੱਚ ਉੱਚ ਕਿਹਾ ਜਾਂਦਾ ਹੈ ਜਿਹੜਾ ਜੇ ਇੱਥੇ ਪ੍ਰੇਸ਼ਨ ਪੁੱਛਿਆ ਜਾਵੇ ਠੀਕ ਹੈ ਨਾ ਨਾਮ ਦੀ ਥਾਂ ਤੇ ਪ੍ਰੈਸ਼ਰ ਪੁੱਛਿਆ ਜਾਵੇ ਜਿਵੇਂ ਤੁਹਾਡੇ ਘਰ ਕੋਣ ਆਇਆ ਹੈ ਠੀਕ ਹੈ ਇਹ ਕੰਮ ਕਿਸ ਨੇ ਕੀਤਾ ਹੈ ਤੁਹਾਡਾ ਨਾਮ ਕੀ ਹੈ ਠੀਕ ਹੈ ਇਹ ਸਾਰਾ ਕੁਝ ਕੀ ਹੈ ਅ ਪ੍ਰੇਸ਼ਨ ਵਚਕ ਪਰਨਾਮ ਦੇ ਵਿੱਚ ਆ ਜਾਂਦਾ ਹੈ ਠੀਕ ਹੈ ਅਗਲਾ ਹੈ ਨਿਸ਼ਚੇ ਬੱਚੇ ਨਿਸ਼ਚੇ ਕਰਕੇ ਸਾਨੂੰ ਪਤਾ ਹੋਵੇ ਕਿ ਹਾਂ ਉਹ ਚੀਜ਼ ਉੱਥੇ ਹੀ ਪਈ ਹੈ ਉਹਨੂੰ ਕਹਿੰਦੇ ਨਿਸ਼ਚੇ ਵਚਕ ਨਿਸ਼ਚੇ ਵਚਕ ਪਰਨਾਮ ਦੇ ਵਿੱਚ ਬੱਚੇ ਨੇੜੇ ਜਾਂ ਦੂਰ ਪਈਆਂ ਵਸਤੂਆਂ ਵੱਲ ਅਸੀਂ ਇਸ਼ਾਰਾ ਕਰਕੇ ਦੱਸ ਸਕਦੇ ਹਾਂ ਠੀਕ ਹੈ ਨਾ ਉਹ ਮੇਰੀ ਚੀਜ਼ ਹੈ ਤਿਗਾ ਉਹ ਮੇਰਾ ਘਰ ਹੈ ਨਿਸ਼ਚੈ ਹੀ ਸਾਨੂੰ ਪਤਾ ਹੈ ਤਾਂ ਅਸੀਂ ਦੱਸ ਸਕਦੇ ਹਾਂ ਅਨਿਸ਼ਚੇਵਾਚਕ ਪਰਨਾਮ ਉਸ ਨੂੰ ਕਹਿੰਦੇ ਹਨ ਜਿਹੜੇ ਪਰਨਾਮ ਕਿਸੇ ਚੀਜ਼ ਸੰਬੰਧੀ ਪੂਰੀ ਜਾਣਕਾਰੀ ਦੇ ਨਹੀਂ ਤਾਂ ਅੰਦਾਜ਼ਾ ਹੀ ਲਗਾ ਕੇ ਕਹਿ ਨਿਸ਼ਚੇਵਾਚਕ ਉਸ ਨੂੰ ਕਿਹਾ ਜਾਂਦਾ ਹੈ ਜਿਵੇਂ ਮਤਲਬ ਮੇਰਾ ਕਦ ਉਹਦੇ ਕਦ ਨਾਲੋਂ ਥੋੜਾ ਜਿਹਾ ਵੱਧ ਹੈ ਅਨਿਸ਼ਚੇ ਹੋ ਗਿਆ ਨਾ ਮੈਨੂੰ ਨੇ ਥੋੜੇ ਜਿਹਾ ਰੁਪਏ ਦੇ ਦਿੱਤੇ ਇਹ ਵੀ ਨਿਸ਼ਚੇ ਹੋ ਗਿਆ ਨਿਸ਼ਚੇ ਨਹੀਂ ਨਾ ਹੈਗਾ ਹਾਂਜੀ ਬੱਚੇ ਇਹਦੇ ਵਿੱਚ ਅਸੀਂ ਚ ਪਹਿਲੇ ਪਹਿਲਾ ਕੁਸ਼ਣ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਪਰਨਾਮ ਕਿਸ ਨੂੰ ਕਹਿੰਦੇ ਹਨ ਤੇ ਇਹਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਜਿਹੜਾ ਪਰਨਾਮ ਦੀ ਪਰਿਭਾਸ਼ਾ ਲਿਖਣੀ ਹੈ ਇਹਦੇ ਵਿੱਚ ਫਰਸਟ ਕੁਐਸਚਨ ਪਰਨਾਮ ਦੀ ਪਰਿਭਾਸ਼ਾ ਲਿਖਣੀ ਹੈ ਤੇ ਇਹਦੀਆਂ ਸਿਰਫ ਪਰਨਾਮ ਦੀਆਂ ਆ ਸਾਰੀਆਂ ਛੇ ਰਿਹਾ 6 ਐਗਜ਼ਾਮਪਲ ਲਿਖਨੇ ਫਰਸਟ ਕੁਐਸਚਨ ਦਾ ਆਨਸਰ ਹੈ ਬੱਚੇ ਠੀਕ ਹੈ ਬੱਚੇ ਪੁਰਖਵਾਚਕ ਪਰਨਾਮ ਕਿਸ ਨੂੰ ਕਹਿੰਦੇ ਹਨ ਇਹਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਹਾਂਜੀ ਮੈਂ ਤੁਹਾਨੂੰ ਪਤਾ ਹੈ ਪੁਰਖਵਾਚਕ ਜਿਹੜਾ ਪਰਨਾਮ ਹੈ

निजवाचक पर, पर नाम निजवाचक बच्चे निजवाचक पर नाम ਦੇ ਵਿੱਚ ਤੁਸੀਂ ਇੱਥੇ ਐਗਜ਼ਾਮਪਲ ਤਿੰਨ ਕੁਐਸ਼ਨ ਬੱਚੇ ਬਸ ਤੁਸੀਂ ਤਿੰਨ ਕੁਐਸ਼ਨ ਇਹਦੇ ਚੋਂ ਕਰਨੇ ਨੇ ਬਾਕੀ ਆਪਾਂ ਕੁਐਸ਼ਨਸ ਨਹੀਂ ਕਰਨੇ ਠੀਕ ਹੈ ਤਿੰਨ ਕੁਐਸ਼ਨ ਤੁਸੀਂ ਆਪਣੀ ਕਾਪੀ ਤੇ ਨੋਟ ਡਾਉਨ ਕਰਨੇ ਬਾਕੀ ਸਾਰੇ ਤੁਸੀਂ ਬੁੱਕ ਤੇ ਕਰਨਾ ਹੈ ਪਰਨਾਮ ਕਿਸ ਨੂੰ ਆਖਦੇ ਹਨ ਬੱਚੇ ਜਿਹੜਾ ਨਾਮ ਦੀ ਥਾਂ ਤੇ ਵਰਤਿਆ ਜਾਵੇ ਪਰਨਾਮ ਕਿੰਨੀ ਕਿਸਮ ਦੇ ਹੁੰਦੇ ਹਨ ਜੀ ਪਰਨਾਮ 6 ਕਿਸਮ ਦੇ ਹੁੰਦੇ ਹਨ ਹੇਠਲੇ ਸ਼ਬਦਾਂ ਵਿੱਚੋਂ ਨਿਜਵਾਚਕ ਪੜਨਾਮ ਚੁਣੋ ਬੱਚੇ ਜਿਹੜਾ ਨਿਜਵਾਚਕ ਪੜਨਾਮ ਹੈ ਜਿਹੜਾ ਆਪਸੀ ਖੁਦ ਲਈ ਵਰਤੇਦੇ ਹਨ ਠੀਕ ਹੈ ਜੀ ਨੈਕਸਟ ਬੱਚੇ ਹੇਠਲੇ ਸ਼ਬਦਾਂ ਵਿੱਚੋਂ ਪ੍ਰਸ਼ਨਵਾਚਕ ਪੜਨਾਮ ਪ੍ਰਸ਼ਨਵਾਚਕ ਕੌਣ ਨੈਕਸਟ ਬੱਚੇ ਹੇਠਲੇ ਸ਼ਬਦਾਂ ਵਿੱਚੋਂ ਅਨਿਸ਼ਚੇ ਵਾਚਕ ਪੜਨਾਮ ਅਨਿਸ਼ਚੇ ਜਿੱਦਾਂ ਮਤਲਬ ਅਸੀਂ ਅੰਦਾਜ਼ਾ ਹੀ ਲਾਇਆ ਹੋਵੇ ਕੁਝ ਉਹ ਤੇ ਆ ਕਿਹੜੇ ਹੈਗੇ ਆ ਬੱਚੇ ਨਿਸ਼ਚੇ ਉਹ ਘਰ ਮੇਰਾ ਹੈ ਨੈਕਸਟ ਬੱਚੇ ਜਿਹੜੇ ਤੁਸੀਂ ਵਾਕ ਤੁਸੀਂ ਬਣਾਣੇ ਨੇ ਜਿਵੇਂ ਤੁਸੀਂ ਆਰਾਮ ਨਾਲ ਬੈਠ ਜਾਓ ਕੌਣ ਕੌਣ ਮੇਰੇ ਘਰ ਆਵੇਗਾ ਕੌਣ ਕੌਣ ਮੇਰੇ ਘਰ ਆਵੇਗਾ ਇਸੇ ਤਰ੍ਹਾਂ ਤੁਸੀਂ ਇਹਨਾਂ ਦੀਆਂ ਐਗਜ਼ਾਮਪਲਸ ਬਣਾਉਣੀਆਂ ਨੇ ਠੀਕ ਹੈ ਇਹਨਾਂ ਦੇ ਵਿੱਚੋਂ ਬੱਚੇ ਖੁਦ ਤੁਸੀਂ ਦੱਸਣਾ ਖੁਦ ਸਮਝਾਇਆ ਜਦੋਂ ਉਹਦੇ ਪਿੱਛੇ ਐਗਜ਼ਾਮਪਲਸ ਦੇਖ ਲਓ ਖੁਦ ਇਹਦੇ ਵਿੱਚ ਆ ਜਾਣਾ ਨਿਜਵਾਚਕ ਬੱਚੇ ਬੜੇ इजीली ਤੁਹਾਨੂੰ ਇਹ ਮਿਲ ਜਾਣੇ ਆ ਇਹ ਤੁਸੀਂ ਖੁਦ ਸੋਲਵ ਕਰਨੇ ਤੁਹਾਨੂੰ ਠੀਕ ਹੈ ਇਹ ਕਾਰ ਇਹ ਨਵੀਂ ਕਾਰ ਹੈ ਇਹ ਨਵੀਂ ਇਹ ਠੀਕ ਹੈ ਇਹ ਪੁਰਖਵਾਚਕ ਹੋ ਗਿਆ ਜੋ ਕਰਨਗੇ ਸੋ ਪਰਨਗੇ ਇਹ ਸੰਬੰਧਵਾਚਕ ਹੋ ਗਿਆ ਠੀਕ ਹੈ ਇਸੇ ਤਰ੍ਹਾਂ ਬੱਚੇ ਇਹ ਤੁਸੀਂ ਸਾਰੇ ਹੀ ਦੇ ਸਾਰੇ ਬੱਚੇ ਐਗਜ਼ਾਮਪਲ ਸੈੱਟ ਕਰਕੇ ਮੈਨੂੰ ਸੈਂਡ ਕਰਨੇ ਥੈਂਕ ਯੂ ਹੈਵ ਅ ਨਾਈਸ ਡੇ